ਕੇਂਦਰੀ ਆਯੂਸ਼ ਮੰਤਰੀ ਸਰਵਨੰਦ ਸੋਨੋਵਾਲ ਨੇ ਕਿਹਾ ਹੈ ਕਿ ਭਾਰਤ ਨੂੰ ਆਪਣੀ ਸੰਪੂਰਨ ਸਿਹਤ ਸੰਭਾਲ ਪਹੁੰਚ ਨਾਲ ਵਿਸ਼ਵ ਦੀ ਅਗਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਨਿਵੇਸ਼ਕ ਆਯੂਸ਼ ਖੇਤਰ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਤ ਹਨ ਅਤੇ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਸੋਨੋਵਾਲ ਨੇ ਅੱਜ ਆਯੁਰਵੇਦ ਦੇ ਕੌਮੀ ਸੰਸਥਾਨ ਦੇ 6ਵੇਂ ਸਥਾਪਨਾ ਦਿਵਸ ਮੌਕੇ ਬੋਲ ਰਹੇ ਸਨ। ਇਸ ਮਹੱਤਵਪੂਰਨ ਮੌਕੇ ਦੀ ਵਿਸ਼ੇਸ਼ਤਾ ਨਵੇਂ ਬਣੇ ਵੈਦਯ ਬ੍ਰਸਪਤੀ ਦੇ ਵਤਰਗੁਣਾ ਆਡੀਟੋਰੀਅਮ ਵਿਕੇ ਮਰਹੂਮ ਪਦਮ ਅਵਿਭੂਸ਼ਣ ਵੈਦਯ ਬ੍ਰਸਪਤੀ ਦੇਵ ਤ੍ਰਿਗੁਣਾਦੀ ਮੂਰਤੀ ਦਾ ਉਦਘਾਟਨ ਕਰਨਾ ਸੀ ਵੈਦਯ ਬ੍ਰਸਪਤੀ ਆਯੁਰਵੈਦਿਕ ਦੀ ਦੁਨੀਆ ਵਿੱਚ ਇੱਕ ਮਹਾਨ ਹਸਤੀ ਸਨ